ਸਲਾਮ ਅਲੈਕੁਮ, ਉਮੀਦ ਕਰੇ ਨਾ ਮੀ ਸਾਰੇ ਦੋਸਤ ਠੀਕ ਹੋ ਸਕਦੇ। ਮੈਂ ਅੱਜ ਚਿਰਨ ਦਰਿਆ ਵਾਲੀ ਸਾਈਡ 'ਤੇ ਗਿਆ ਵੀ ਅਤੇ ਤੁਸੀਂ ਦੇਖ ਸਕਦੇ ਵੀ ਮੈਂ ਸਿੰਪਲ ਮੋਟਰਸਾਈਕਲ ਤੋਂ ਮੈਂ ਪਿਆ ਵੀ ਅਤੇ ਜਿਤਨੇ ਵੀ ਦੋਸਤ ਵੀਡੀਓ ਪਲੇ ਦੇ ਮੈਂ ਵੀਡੀਓ ਨੂੰ ਲਾਈਕ ਕਰਦੇ ਸਨ, ਉਹਦੇ ਇਲਾਵਾ ਸਾਰੇ ਯੂਟਿਊਬ ਚੈਨਲ ਨੂੰ ਲਾਜ਼ਮੀ ਤੋਂ ਸਬਸਕ੍ਰਾਈਬ ਕਰਦੇ ਸਨ ਅਤੇ ਕੰਪਲੀਟ ਚਿਰਨ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਵਾਲਾ ਵੀ ਤੁਸੀਂ ਦੇਖ ਸਕਦੇ ਵੀ ਇਹ ਦਰਿਆ ਦਾ ਇਲਾਕਾ ਹੈ ਸਿੰਪਲ ਅਤੇ ਅੱਗਾਂ ਚਿਰਨ ਤੋਂ ਆਪੋ ਜਿਹੜਾ ਪੱਕਾ ਇਲਾਕਾ ਹੈ ਉਹ ਵੀ ਚੱਲ ਕੇ ਦਿਖੇ ਨਾ ਵੀ ਅਤੇ ਮੇਰੀ ਮੋਟਰਸਾਈਕਲ ਹੈ। ਮੈਂ ਗਿਆ ਵੀ ਕਈ ਬੰਦੇ ਕੋਲ ਛੋੜਨ ਦਰਿਆ ਦੇ ਉੱਤੇ ਅਤੇ ਬੰਦੇ ਕੋਲ ਛੋੜਦੇ ਅਤੇ ਹੁਣ ਵਾਪਸੀ ਦੇ ਉੱਤੇ ਨਾ ਮੈਂ ਘਰ ਆਉਂਦਾ ਪਿਆ ਜੀ। ਇਹ ਜਿਹੜਾ ਸਫ਼ਰ ਹੈ ਤਕਰੀਬਨ 45 ਮਿੰਟਾਂ ਦਾ ਹੈ। ਮੈਂ ਹੁਣ ਹੀ ਜਾ ਕੇ ਆ ਗਿਆ ਜੀ ਚੌਕ ਦੇ ਵਿੱਚ, ਇਹ ਤੁਸੀਂ ਦੇਖਦੇ ਪਏ ਮੇਰੇ ਪਿੱਛੋਂ ਨਾ ਬਿਲਕੁਲ ਸੁਣਾ ਗਏ ਅਤੇ ਹੁਣ ਮੈਂ ਇਹ ਰਸਤੇ ਨਾਲ ਵੰਜਣੇ ਇਹ ਰੋਡ ਦੇ ਨਾਲ ਹੁਣ ਵਹਿੰਦਾ ਪਿਆ ਤਾਂ ਗੁੱਡੇ 'ਤੇ ਪਏ ਇਹ ਖਾਲ ਦੇ ਵਿੱਚ ਨਾ ਸਾਰਾ ਪਾਣੀ ਖੜੇ ਪਿਆ, ਇਹ ਖਾਲਾ ਬਿਲਕੁਲ ਭਰਾ ਖੜੇ ਪਾਣੀ ਦੇ ਨਾਲ ਅਤੇ ਹੁਣ ਮੈਂ ਜਿਹੜਾ ਨੇ ਕੋਈ ਕ੍ਰਾਸ ਕਰਿਆ ਨਾ ਅਤੇ ਦੁਆ ਕਰਾਏ ਅੱਲਾ ਦੇ ਹੁਕਮ ਨਾਲ। ਜਿਹੜੇ ਦੋਸਤ ਦੇਦੇ ਪੈਣ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਲਾਜ਼ਮੀ ਕਰੇ ਸਨ ਕਿਉਂਕਿ ਮੋਬਾਈਲ ਮੇਰੇ ਹੱਥ 'ਚ ਅਤੇ ਇੱਕ ਹੱਥ ਦੇ ਨਾਲ ਜਿਹੜਾ ਨਹੀਂ ਤੂੰ ਕ੍ਰਾਸਿੰਗ ਕਰੇ ਦੇ ਸੀ, ਅੱਲਾ ਖੈਰ ਕਰੇ ਸੀ। ਇਹ ਜਿਹੜੀ ਕ੍ਰਾਸਿੰਗ ਹੈ ਇਹ ਕਾਰ 'ਤੇ ਅਤੇ ਹੁਣ ਮੈਂ ਆ ਗਿਆ ਇਵੀਂ ਇਹੀ ਰੋਡ ਦੇ ਉੱਤੇ ਵਹਿੰਦਾ ਪਿਆ ਇਵੀਂ ਬਿਲਕੁਲ ਅਤੇ ਇਹ ਸਾਈਡ ਤੋਂ ਤੁਸੀਂ ਦੇਖ ਸਕਦੇ ਵੀ ਇਹ ਸਾਈਡ ਤੋਂ ਤਾਂ ਕਬਰਸਤਾਨ ਹੈ। ਇਹ ਜਿਹੜੇ ਤੋਂ ਉੱਪਰ ਘਾਟ ਦਰਖਤ ਨਜ਼ਰ ਆਉਂਦੇ ਪੈਂਦੇ ਸਾਰਾ ਕਬਰਸਤਾਨ ਹੈ। ਇਹ ਮੇਰੇ ਪਿੱਛੋਂ ਇਹ ਰੋਡ ਤੁਸੀਂ ਦੇਖ ਸਕਦੇ ਹੋ, ਇਹ ਰੋਡ ਦੇਖੋ ਤਕਰੀਬਨ ਮੈਂ ਕੋਈ ਅੱਧਾ ਘੰਟਾ ਥੀ ਜੋ ਕਿ 5 ਮਿੰਟ ਬਾਅਦ ਮੈਂ ਰਾਈਟ ਟਾਈਮ ਘਰ ਪਹੁੰਚ ਗਿਆ ਸਾਂ। ਜਿਹੜੇ ਦੋਸਤ ਪਹਿਲੇ ਦਫ਼ਾ ਚੈਨਲ ਨੂੰ ਸਬਸਕ੍ਰਾਈਬ ਕਰੇ ਸਨ ਵੀਡੀਓ ਨੂੰ ਲਾਈਕ ਕਰੇ ਸਨ ਵੀਡੀਓ ਦੇਖਣ ਵਾਸਤੇ ਥੈਂਕ ਯੂ।